ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਹੈਡਲਾਈਨਸ ਦੇ ਨਾਲ ਮੈਂ ਪਨੀਤ ਕੌਰ। ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਨੂੰ 2 ਅਕਤੂਬਰ ਤੱਕ ਵਧਾਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਿਆ ਫੈਸਲਾ। 24 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸੀ ਅੰਦੋਲਨ। ਲੁਧਿਆਣਾ 'ਚ 13 ਕਿਸਾਨ ਜਥੇਬੰਦੀਆਂ ਦੀ ਹੋਈ ਅਹਿਮ ਬੈਠਕ। ਲੀਡਰਾਂ ਨਾਲ ਸਟੇਜਾਂ ਸਾਂਝੀਆਂ ਨਾ ਕਰਨ ਦਾ ਲਿਆ ਫੈਸਲਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਬੈਠਕ ਲਈ ਆਏ ਸੁਨੇਹੇ ਤੇ ਚੰਡੀਗੜ੍ਹ ਕਿਸਾਨ ਭਵਨ 'ਚ ਬੈਠਕ ਕਰਕੇ ਕਰਨਗੇ ਮੁੱਖ ਮੰਤਰੀ ਨਾਲ ਮੁਲਾਕਾਤ। ਪੰਜਾਬੀ ਗਾਇਕ ਲਗਾਤਾਰ ਕਿਸਾਨਾਂ ਦੇ ਹੱਕ 'ਚ ਡਟੇ। ਗੁਰਦਾਸਪੁਰ ਦੇ ਬਟਾਲਾ 'ਚ ਅੰਮ੍ਰਿਤਸਰ ਬਟਾਲਾ ਹਾਈਵੇ ਤੇ ਕੀਤਾ ਪ੍ਰਦਰਸ਼ਨ। ਕਿਹਾ ਗੁੰਡਾਗਰਦੀ ਦੇ ਵਿਰੁੱਧ ਇਕੱਠੇ ਖੜਾਂਗੇ। ਪ੍ਰਦਰਸ਼ਨ 'ਚ ਪੰਜਾਬੀ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਰਵਿੰਦਰ ਗਰੇਵਾਲ, ਸਰਸੇਮ ਜੱਸੜ, ਦੀਪ ਸਿੱਧੂ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ, ਹਰਜੀਤ ਹਰਮਨ, ਗੁਰੀ ਸਿੰਘ, ਕਵਰ ਗਰੇਵਾਲ, ਲੱਖਾ ਸਿਧਾਨਾ ਸਮੇਤ ਦਰਜਨਾਂ ਕਲਾਕਾਰਾਂ ਨੇ ਕੀਤੀ ਸ਼ਿਰਕਤ। ਮੋਗਾ 'ਚ ਅਡਾਨੀ ਅੰਬਾਨੀ ਗੋ ਬੈਕ ਦੇ ਨਾਅਰੇ ਲਾ ਕੇ ਆਪ ਨੇ ਕੀਤਾ ਖੇਤੀ ਬਿੱਲਾਂ ਦਾ ਵਿਰੋਧ। ਆਮ ਆਦਮੀ ਪਾਰਟੀ ਨੇ ਮੋਗਾ ਨੇੜੇ ਬਣੇ ਅਡਾਨੀ ਐਗਰੋ ਦੇ ਬਾਹਰ ਬੋਲਿਆ ਹੱਲਾ। ਅਡਾਨੀ ਦੇ ਬੋਰਡ ਤੇ ਪੋਚੀ ਕਾਲਕ। ਗੁੱਸੇ 'ਚ ਵਰਕਰਾਂ ਨੇ ਬੋਰਡ ਵੀ ਤੋੜਿਆ। ਖੇਤੀ ਬਿੱਲਾਂ ਖਿਲਾਫ ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਮੂਹਰੇ ਟਰੈਕਟਰ ਨੂੰ ਲਾਈ ਅੱਗ। ਭਗਤ ਸਿੰਘ ਅਮਰ ਰਹੇ ਦੇ ਲਾਏ ਨਾਰੇ। ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਅੱਗ ਤੇ ਪਾਇਆ ਕਾਬੂ। ਪੁਲਿਸ ਵੱਲੋਂ 5 ਕਾਂਗਰਸੀ ਵਰਕਰ ਗ੍ਰਿਫਤਾਰ। ਕਾਂਗਰਸੀ ਵਰਕਰਾਂ ਵੱਲੋਂ ਦਿੱਲੀ 'ਚ ਸਾੜੇ ਗਏ ਟਰੈਕਟਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਬਿਆਨ। ਕਿਹਾ ਦਿੱਲੀ 'ਚ ਸਾੜਿਆ ਗਿਆ ਟਰੈਕਟਰ ਕਿਸਾਨਾਂ ਦੇ ਗੁੱਸੇ ਨੂੰ ਕਰਦਾ ਹੈ ਜ਼ਾਹਰ। ਕਿਸਾਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਉਪਜ ਕੌਣ ਖਰੀਦੇਗਾ। ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਦਿੱਤੀ। ਕਿਸਾਨ ਖੇਤੀ ਬਿੱਲਾਂ ਤੋਂ ਆਜ਼ਾਦੀ ਲਈ ਕਰ ਰਹੇ ਹਿੰਸਾ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਬਿਆਨ। ਕਿਹਾ ਟਰੱਕ 'ਚ ਟਰੈਕਟਰ ਲੱਦ ਕੇ ਪ੍ਰਦਰਸ਼ਨ ਤੋਂ ਪਾਬੰਦੀਸ਼ੁਦਾ ਖੇਤਰ 'ਚ ਅੱਗ ਲਾ ਕੇ ਕਾਂਗਰਸ ਵਰਕਰ ਕਿਸਾਨਾਂ ਨੂੰ ਕੀ ਦੇ ਰਹੇ ਨੇ ਸੰਦੇਸ਼। ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਪੁੱਜਾ ਕੇਰਲਾ ਦੀ ਤ੍ਰਿਸੂਰ ਤੋਂ ਕਾਂਗਰਸੀ ਸੰਸਦ ਮੈਂਬਰ TN ਪ੍ਰਤਾਪਨ। ਐਕਟ ਵਿਚਲੀਆਂ ਵੱਖ ਵੱਖ ਵਿਵਸਥਾਵਾਂ ਦੀ ਸੰਵਿਧਾਨਿਕ ਵੈਧਤਾ ਨੂੰ ਦਿੱਤੀ ਚੁਣੌਤੀ। ਕਿਹਾ ਐਕਟ ਸੰਵਿਧਾਨ ਦੀ ਧਾਰਾ 14, 15 ਤੇ 21 ਦੀ ਹੈ ਉਲੰਘਣਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਪਿੰਡ ਖਟਕੜ ਕਲਾਂ 'ਚ ਖੇਤੀ ਬਿੱਲਾਂ ਖਿਲਾਫ ਲਾਇਆ ਧਰਨਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਖਿਲਾਫ ਸੁਪਰੀਮ ਕੋਰਟ ਜਾਣ ਦਾ ਕੀਤਾ ਐਲਾਨ। ਕੇਂਦਰ ਨੂੰ ਦਿੱਤੀ ਚੇਤਾਵਨੀ। ਕਿਹਾ ਤੁਹਾਡੇ ਬਵਾਲ ਨਾਲ ਵਿਗੜ ਸਕਦਾ ਹੈ ਪੰਜਾਬ ਦਾ ਮਾਹੌਲ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ 2 ਕਰੋੜ ਕਿਸਾਨਾਂ ਦੇ ਦਸਤਖਤ ਲੈਣ ਲਈ 2 ਅਕਤੂਬਰ ਤੋਂ ਦਸਤਖਤ ਮੁਹਿੰਮ ਸ਼ੁਰੂ ਕਰਨ ਦਾ ਕੀਤਾ ਐਲਾਨ। ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਦਿੱਤੀ ਚੋਣਾਂ ਲੜਨ ਦੀ ਸਲਾਹ। ਕਿਹਾ ਪੰਜਾਬ 'ਚ 60% ਕਿਸਾਨਾਂ ਦੀ ਆਬਾਦੀ ਹੈ ਤਾਂ ਪੰਜਾਬ 'ਚ ਰਾਜ ਵੀ ਕਿਸਾਨਾਂ ਦਾ ਹੀ ਹੋਵੇ। ਧੂਰੀ 'ਚ ਕਿਸਾਨਾਂ ਨੂੰ ਕੀਤਾ ਸੰਬੋਧਨ। ਕਿਹਾ ਕੇਂਦਰ ਨੇ ਯੂਜ਼ ਐਂਡ ਥਰੋ ਦੀ ਅਪਣਾਈ ਨੀਤੀ। PM ਮੋਦੀ ਰੇਡੀਓ TV ਤੇ ਗੱਲਾਂ ਕਰਨ ਨਾਲੋਂ ਪਟੜੀਆਂ 'ਤੇ ਬੈਠੇ ਕਿਸਾਨਾਂ ਦੇ ਸੁਣਨ ਗੱਲ। ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਰਿੰਦਰ ਮੋਦੀ 'ਤੇ ਸਾਧਿਆ ਨਿਸ਼ਾਨਾ। ਕਿਹਾ ਮੈਂ ਅਸਤੀਫਾ ਕਿਸਾਨਾਂ ਲਈ ਦਿੱਤਾ ਹੈ। ਪੰਜਾਬ ਦੇ ਸਾਬਕਾ DGP ਸੁਮੇਰ ਸਿੰਘ ਸੈਣੀ ਮੁਲਤਾਨੀ ਕੇਸ 'ਚ SIT ਸਾਹਮਣੇ ਹੋਏ ਪੇਸ਼। ਮੁਹਾਲੀ ਦੇ ਮਟੌਰ ਥਾਣੇ 'ਚ ਹੋਈ ਪੁੱਛਗਿੱਛ। SIT ਨੇ ਕਰੀਬ 80 ਸਵਾਲਾਂ ਦੀ ਲਿਸਟ ਕੀਤੀ ਸੀ ਤਿਆਰ। 6 ਘੰਟਿਆਂ ਤੱਕ ਹੋਈ ਪੁੱਛਗਿੱਛ। SIT ਨੇ ਪੰਜਾਬ ਦੇ ਸਾਬਕਾ DGP ਸੁਮੇਰ ਸਿੰਘ ਸੈਣੀ ਅਤੇ IG ਪਰਮਰਾਜ ਉਮਰਾ ਨੰਗਲ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਮੁਲਜ਼ਮ ਵਜੋਂ ਕੀਤਾ ਨਾਮਜ਼ਦ। ਉਸ ਸਮੇਂ ਮੋਗਾ ਦੇ ਤਤਕਾਲੀ SSP ਚਰਨਜੀਤ ਸ਼ਰਮਾ ਸਮੇਤ ਮੌਜੂਦ ਸਾਰੇ ਪੁਲਿਸ ਕਰਮੀਆਂ ਨੂੰ ਵੀ ਇਸ ਮਾਮਲੇ 'ਚ ਕੀਤਾ ਗਿਆ ਨਾਮਜ਼ਦ। SIT ਨੇ ਇੱਕ ਪੱਤਰ ਲਿਖ ਕੇ ਜ਼ਿਲ੍ਹਾ ਸੈਸ਼ਨ ਅਦਾਲਤ ਨੂੰ ਵੀ ਭੇਜੀ ਜਾਣਕਾਰੀ। SIT ਵੱਲੋਂ ਕਦੇ ਵੀ ਦੋਹਾਂ ਨੂੰ ਪੁੱਛਗਿੱਛ ਨਹੀਂ ਕੀਤਾ ਜਾ ਸਕਦਾ ਤਲਬ। ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਜਾਂਚ ਟੀਮ ਦੇ ਮੈਂਬਰ IG ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ਪ੍ਰਕਿਰਿਆ 'ਚੋਂ ਹਟਾਉਣ ਦੀ ਮੰਗ। ਪੁਲਿਸ ਅਧਿਕਾਰੀਆਂ ਨੇ ਪੱਖਪਾਤ ਦੇ ਲਾਏ ਦੋਸ਼। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 3 ਅਕਤੂਬਰ ਨੂੰ ਹੋਵੇਗੀ ਸੁਣਵਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 9,81,94,80,500 ਰੁਪਏ ਦਾ ਸਾਲਾਨਾ ਬਜਟ ਪਾਸ। SGPC ਨੇ ਕਿਸਾਨ ਵਿਰੋਧੀ ਬਿੱਲਾਂ ਖਿਲਾਫ 12 ਮਤੇ ਕੀਤੇ ਪਾਸ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਇਆ ਜਨਰਲ ਇਜਲਾਸ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸਨ ਮੌਜੂਦ। ਇਜਲਾਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਲੀਡਰ ਅਤੇ SGPC ਮੈਂਬਰ ਬਲਵਿੰਦਰ ਸਿੰਘ ਬੈਂਸ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੇਵਾ ਸਿੰਘ ਸੇਖਵਾ ਨੇ ਕੀਤਾ ਹੰਗਾਮਾ।
1 जनवरी 2021 के आधार कार्ड ते फोटो वोटर सूची की सुधाई का काम 16 नवंबर तो शुरू। हेल्पलाइन नंबर 1950 ते किया जा सकता है संपर्क। नागरिकों वालों www.nvsp.in वैबसाइट ते करवाई जा सकती है अपनी वोटर रजिस्ट्रेशन। कर्जे दियां अगे पाइया किश्तां ते व्याज बारे 2-3 दिनां च होवेगा फैसला। केंद्र सरकार ने सुप्रीम कोर्ट च कीता दावा, 5 अक्टूबर नूं होवेगी केस दी अगली सुनवाई। नोएडा विच DRDO विज्ञानी अजय प्रताप नूं हनी ट्रैप विच फसा के बनाया बंधक, 10 लाख दी मंगी फिरौती। औरत समेत 3 मुलजम गिरफ्तार, 2 मुलजम फरार, पुलिस वालों भाल जारी। सिविल सेवावां प्रीख्यावां नूं अगे पाउणा संभव नहीं है। UPSC ने सुप्रीम कोर्ट च दिता बयान, कहा सिविल प्रीख्यावां पहलां ही कई महीने पछड़ चुकियां ने। कोरोना कारण 20 विद्यार्थियों ने प्रीख्या नूं मुलतवी करन दी कीती सी मंग। 4 अक्टूबर नूं होण जा रही है सिविल सेवावां लई प्रीलिमिनरी प्रीख्या। देश दे 72 शहरां विचले सेंटरां ते 6 लाख उम्मीदवार देणगे पेपर। हरियाणा विच प्रदर्शन कर रहे किसानों के एक भी सवाल का जवाब ना दे सकिया भाजपा विधायक राम कुमार कश्यप। किसानों ने खेती बिल नाल जुड़े पुछे सन सवाल। विरोध प्रदर्शनों दौरान भाजपा विधायक नूं उत्थों भजना पिया। कोरोना कदों जाएगा, वैक्सीन कदों आएगी, सरकार नूं नहीं पक्का पता। वित्त मंत्री निर्मला सीतारमन का दावा, मन्निया आर्थिकता सामने अजे भी हन कई चुनौतियां। डीजल दीआं कीमतां च गिरावट, डीजल दे भाच वख-वख शहरां च 9 पैसे तो लैके 10 पैसे तक दी कीती गई कटौती। राजधानी दिल्ली च डीजल दा भाव 9 पैसे तो घट के होया 70.71 रुपए प्रति लीटर। पेट्रोल दीआं कीमतां च नहीं होई कोई कटौती। अकाली दल दे जान नाल NDA च डिग्गिया आखिरी स्तंभ। शिवसेना दे मैगजीन सामना च कीता दावा, कहा बादलां नूं गठजोड़ तोड़न तो रोकण लई नहीं कीता गया कोई भी जतन। पराली साड़न नाल वधेगा कोरोना दा खतरा, दिल्ली हाई कोर्ट पटीशन दायर। पटीशन च पराली नूं साड़न ते रोक लाउण दी कीती मंग। कर्नाटका दे किसानां ने नवीं खेती बिल्लां खिलाफ कीते विरोध प्रदर्शन, 500 किसान नज़रबंद। बंगलौर च किसानां ने शहर दे कुछ हिस्सियां च कीतियां सी सड़कां जाम। डेमोक्रेटिक पार्टी दे जो बाइडन ने अमरीकी सिखां दी सुरक्षा लई सिख अमेरिकन फॉर बाइडन मुहिम कीती शुरू। मुल्क च रहिंदे सिख विद्यार्थियों अते सड़कां दे जान तक पहुंच बनाउण लई लिया फैसला, कहा 2017 मगरों अमरीका विच सिखां नाल धक्का ते पक्षपात वधिया। पाकिस्तान च विरोधी धिर दे आगू ते पाकिस्तान मुस्लिम लीग नवाज दे साबका प्रधान शाहबाज शरीफ नूं 7 अरब रुपए दे मनी लांडरिंग केस च कीता गया गिरफ्तार। लाहौर हाई कोर्ट ने मनी लांडरिंग केस च जमानत अर्जी कीती रद्द। आर्मेनिया ते अजरबाइजान च मुड़ लगी जंग, 2 आम नागरिकां समेत 18 मौतां, 100 तों वध लोक जख्मी। नागोरनो काराबाग खेतर नूं लै के छिड़ी सी जंग। अमरीकी राष्ट्रपति डोनाल्ड ट्रंप ने 2016 तो पहला 10 साल नहीं भरिया आमदन कर। 2 सालों च आमदन कर वजों कीती $750 की अदायगी, न्यूयॉर्क टाइम्स ने अपनी रिपोर्ट च कीता दावा। ट्रंप ने न्यूयॉर्क टाइम्स की रिपोर्ट नूं फेक न्यूज़ कह के कीता खारज। अमरीका च अजे नहीं बैन होवेगी चीनी ऐप टिकटॉक। अमरीका की एक अदालत ने बैन के फैसले ते लाई रोक। अमरीका दी बहुत सारियां कंपनियां वालों टिकटॉक खरीदने नूं सरकार ने दित्ती मंजूरी। कोरोना वैक्सीन दे उत्पादन लई मारियां जाणगियां 5 लाख तों ज़्यादा शार्क। जंगली जीवन माहिरां ने कीता दावा, COVID-19 दे टीके निर्माण च वरते जांदे ने स्कैलिन यानी कुदरत तेल वर्गे पदार्थ, जो कि शार्क दे लीवर च बनदा है। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਥੀਮ ਪਾਰਕ ਦੇ ਮਾਲਕ ਆਰਡੈਂਡ ਲੇਜ਼ਰ ਨੂੰ ਸੁਰੱਖਿਆ ਫੇਲ ਹੋਣ ਕਾਰਨ ਆਸਟ੍ਰੇਲੀਅਨ $3.6 million ਦਾ ਲਾਇਆ ਜੁਰਮਾਨਾ। ਸਾਲ 2016 'ਚ ਗੋਲਡ ਕੋਸਟ ਅਤੇ ਡ੍ਰੀਮ ਵਰਲਡ ਦੀ ਥੰਡਰ ਨਦੀ 'ਚ ਰੈਪਿਡਸ ਦੀਆਂ 2 ਬੇੜੀਆਂ ਟਕਰਾਉਣ ਨਾਲ ਹੋਈ ਸੀ 4 ਲੋਕਾਂ ਦੀ ਮੌਤ। ਹੈਡਲਾਈਨਸ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।